ਮੈਨੂੰ ਤਾਂ ਪਤਾ ਹੀ ਨਹੀਂ ਸਾਰਾ ਕੁਝ ਪਤਾ ਨਾ ਕੋਟ ਦਾ ਮਾਰ ਲਿਆ ਪਤਾ ਪਾਣੀ ਦੀ ਵੀ ਹੋਈ ਆ ਪਰ ਸਾਰਾ ਹੀ ਲੱਗ ਜੋੜਾ ਪਿਆ ਉੱਥੇ ਨਾਲ ਹੀ ਲੈ ਕੇ ਜਾਂਦੇ ਹੋ ਕਿੱਥੋਂ ਕਿੱਥੋਂ ਚੋਰੀ ਕੀਤੀ ਹੈ ਕਿੱਥੋਂ ਕਿੱਥੋਂ ਚੋਰੀ ਕੀਤੀ ਹੈ ਡਰਾਮੇ ਨਾ ਕਰ ਹੁਣ ਰੈਕ ਲੱਗਾ ਉਹ ਰੈਕ ਹੁੰਦਾ ਜਿਹੜਾ ਰੈਕ ਨੀ 68 ਜੀ ਦਾ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਗੁਰਪ੍ਰੀਤ ਜੀ ਕਿਹਨੂੰ ਫੜਿਆ ਇਹ ਕੌਣ ਹੈ ਇਹ ਵੀਰੇ ਮੈਂ ਆਪਣੀ ਸ਼ੋਪ ਆ ਰਾਮਗੰਜ ਦੇ ਵਿੱਚ ਸਲੂਨ ਆ ਅਤੇ ਉੱਥੇ ਮੈਂ ਤਾਂ ਸ਼ੋਪ 'ਤੇ ਸੀਗਾ ਕਸਟਮਰ ਆਇਆ ਹੋਇਆ ਸੀ ਅਤੇ ਮੈਂ ਉਹਨਾਂ ਡੀਲ ਕਰ ਰਿਹਾ ਸੀਗਾ ਅਤੇ ਆਪਣੇ ਫਰੰਟ ਸ਼ੋਪ ਆ ਮੁੰਡੇ ਦੀ ਤਾਂ ਉਹਨੇ ਆ ਕੇ ਦੱਸਿਆ ਵੀ ਕੁੜੀ ਐਂ ਕਰਕੇ ਚਾਬੀ ਲਾ ਰਹੀ ਸੀਗੀ ਮੇਰੀ ਐਕਟਿਵਾ ਨੂੰ ਅਤੇ ਜਦੋਂ ਕਸਟਮਰ ਗਏ ਮੈਂ ਬਾਹਰ ਨਿਕਲ ਕੇ ਦੇਖਿਆ ਅਤੇ ਮੈਂ ਮੁੰਡੇ ਨੂੰ ਪੁੱਛਿਆ ਮੈਂ ਕਿਹਾ ਵੀ ਕਿੱਥੇ ਆ ਕੁੜੀ ਉਹ ਮੁੰਡੇ ਨੇ ਮਗਰ ਗਏ ਆ ਅਤੇ ਵਾਪਸ ਆ ਰਹੀ ਸੀ ਰਾਮਗੰਜ ਨੂੰ ਉੱਕਰਦੇ ਸੀਗੇ ਅਤੇ ਮੈਂ ਟਿੱਕੀ ਢਾਬੇ ਕੋਲ ਆ ਕੇ ਰੋਕ ਲਿਆ ਮੈਂ ਕਿਹਾ ਤੂੰ ਮੇਰੀ ਐਕਟਿਵਾ ਨੂੰ ਚਾਬੀ ਲਾਈ ਆ ਕਹਿੰਦਾ ਨਹੀਂ ਬਾਈ ਮੈਂ ਲਾਈ ਨਹੀਂ ਮੈਂ ਕਿਹਾ ਮੈਂ ਕੋਲ ਰਿਕਾਰਡਿੰਗ ਪਈ ਆ ਨਾਲ ਦੇ ਕੈਮਰੇ ਮੁੰਡੇ ਦੱਸਿਆ ਕਹਿੰਦੇ ਮੰਨ ਕੇ ਬਾਅਦ ਜਦੋਂ ਪਿੱਛੋਂ ਮੁੰਡੇ ਹੋਰ ਆ ਗਏ ਉਹਨਾਂ ਨੇ ਕਹਿੰਦੇ ਕਹਿੰਦੇ ਸਾਡੀ ਐਕਟਿਵਾ ਕਿਸੇ ਦੇ ਮੋਟਰਸਾਈਕਲ ਕੋਲ ਚੋਰੀ ਹੋਇਆ ਵਾ ਫਿਰ ਮੰਨ ਗਏ ਅਤੇ ਉਹਦੇ ਪਰਸ 'ਚੋਂ ਚਾਬੀਆਂ ਨਿਕਲੀਆਂ ਵਾਹਵਾ ਸਾਰੀਆਂ ਜਿਹੜੀ ਮੇਰੇ ਜਾਣੀ ਕਿ ਪੁੱਛਾ ਨਿਕਲਿਆ ਦੇਖੋ ਜੀ ਜਿਹੜੀ ਮੇਰੀ ਐਕਟਿਵਾ ਚਾਬੀ ਲਾਈ ਸੀ ਉਹ ਵੀ ਉਹਦੇ ਕੋਲ ਨਿਕਲੀ ਹੈ ਅਤੇ ਜਾ ਕੇ ਮਗਰ ਹੋਰ ਮੁੰਡੇ ਆ ਗਏ ਜਿਹੜੇ ਫਿਰ ਉਹਦੇ ਤਹਿਤ ਸਾਰੇ ਫੜ ਕੇ ਪੁੱਛ ਪੜਤਾਲ ਹੋਈ ਹੈ ਫਿਰ ਮੰਨ ਗਏ ਕਹਿੰਦੇ ਚੋਰੀਆਂ ਕੀਤੀਆਂ ਇੱਕ ਐਕਟਿਵਾ ਕਹਿੰਦੇ ਚੋਰੀ ਕਰਕੇ ਬੈਂਕ ਮੂਹਰੇ ਖੜੀ ਕੀਤੀ ਕਿਹੜੇ ਬੈਂਕ ਮੂਹਰੇ ਖੜੀ ਕੀਤੀ ਹੈ ਮਿੱਤਲ ਹੋਸਪਿਟਲ ਕੌਣ ਕੌਣ ਸੀਗੇ ਦੋ ਜਣੇ ਆਏ ਨਹੀਂ ਪਰ ਇਹਨਾਂ ਦਾ ਨਹੀਂ ਪਤਾ ਕਾਰਡ ਤੇ ਫਿਰੋਜ਼ਪੁਰ ਲਈ ਕਰ ਰਹੇ ਜਿਹੜਾ ਆਧਾਰ ਕਾਰਡ ਚੈੱਕ ਕੀਤੇ ਆ ਫਿਰੋਜ਼ਪੁਰ ਲਈ ਕਰ ਰਹੇ ਕੀਤਾ ਕਾਲ ਮੁੰਡਿਆਂ ਨੇ